ਠੀਕ ਹੈ ਜੀ, ਤਾਂ ਇਹਦੀ ਟੈਕਨੀਕ ਨਾਲ ਕਿਹਾ ਅਸੀਂ ਸਿਖਾਵਾਂਗੇ, ਉਹਨੂੰ ਕਹਿੰਦੇ ਸੀ ਲਿਵਰ ਫਲੱਸ਼ ਕਹਿ ਲਓ ਜਾਂ ਕਹਿ ਲਓ ਲਿਵਰ ਮਸਾਜ। ਤਾਂ ਆਪਾਂ ਲਿਵਰ ਨੂੰ ਸਟਿਮੂਲੇਟ ਨਹੀਂ ਕਰਦੇ, ਸਟਿਮੂਲੇਟ ਕਰਨਾ ਕੀ ਹੁੰਦਾ, ਲਿਵਰ ਬਾਇਲ ਬਣਾਉਂਦਾ, ਜਿੰਨਾ ਬਾਇਲ ਬਣਾਉਂਦਾ ਉਹਦੀ ਡਾਈਜੈਸ਼ਨ ਵਧੀਆ ਹੁੰਦੀ ਹੈ। ਤਾਂ ਲਿਵਰ ਕਿੱਥੇ ਹੈ, ਆਹ ਰਾਈਟ ਹੈਂਡ ਸਾਈਡ ਦੇਖੋ, ਉਹਦੇ ਰਿਬਸ ਖਤਮ ਹੋ ਗਈਆਂ, ਇਹਦੇ ਨੀਚੇ ਹੈ, ਇਹਨੂੰ ਤਾਂ ਆਪਾਂ ਜਾ ਨਹੀਂ ਸਕਦੇ, ਤਾਂ ਹੱਡੀ ਹੈ, ਆਪਾਂ ਇਹਦੇ ਨੀਚੇ ਜਾਣਾ। ਕੋਈ ਆਰਾਮ ਨਾਲ ਰਿਲੈਕਸ ਕਰ ਲਓ ਤੁਸੀਂ, ਦੇਖਿਓ ਅੱਛਾ ਥੋੜ੍ਹਾ ਜਿਹਾ ਹੋ, ਹਾਂ ਤੁਸੀਂ ਰਿਲੈਕਸ ਹੋ ਬਸ। ਹੁਣ ਆਪਾਂ ਨੇ ਇਹ ਰਾਈਟ ਹੈਂਡ ਸਾਈਡ ਇਹਦੇ ਨੀਚੇ ਥੋੜ੍ਹਾ, ਮੈਂ ਦੇਖੋ ਐਂ ਜਾ ਰਹੇ ਹਾਂ, ਸਿੱਧਾ ਨਹੀਂ ਜਾ ਰਿਹਾ, ਐਂ ਜਿੱਥੇ ਕਿਤੇ ਪੇਨ ਵੀ ਦੱਸਿਓ ਮੈਨੂੰ, ਉਹਦੇ ਦੇਖੋ ਹੈ ਉਹਦੇ ਕੁਛ, ਠੀਕ ਹੈ ਆਪਣੇ ਸੈਂਟਰ ਤੋਂ ਲੈ ਕੇ ਬੇਸਿਕਲੀ ਉਹ ਦੇਖੋ ਰਿਬਸ ਐਂ ਹੁੰਦੀ ਹੈ ਸੈਂਟਰ ਤੋਂ, ਇਹ ਤੁਸੀਂ ਆਪਣੇ ਅੰਗੂਠੇ ਨਾਲ ਆਪਣੇ ਹੱਥਾਂ ਨਾਲ ਆਪ ਕਰ ਸਕਦੇ, ਬਸ ਕਰਨਾ ਲੇਟ ਕੇ ਹੈ। ਦੇਖੋ ਜਦ ਤਾਂ ਦਰਦ ਨਹੀਂ ਹੈ ਫਿਰ ਤਾਂ ਮੈਂ ਛੱਡ ਦੂੰਗਾ, ਜਿੱਥੇ ਵੀ ਪੁਆਇੰਟ 'ਤੇ ਮੈਂ ਲੱਗਿਆ ਨਾ ਇਹ ਕਹਿੰਦੇ ਦਰਦ ਹੋਵੇ, ਉਹਨੂੰ ਆਪਾਂ ਨੇ ਹਲਕਾ ਹਲਕਾ ਸਟਿਮੂਲੇਟ ਕਰਨਾ ਹੈ ਨਾ, ਫਿਰ ਹਾਂ ਉੱਥੇ ਕੋਈ ਚੱਕਰ ਨਹੀਂ, ਡਜ਼ਨਟ ਮੈਟਰ, ਸਟਿਮੂਲੇਟ ਕਰਨਾ ਉੱਥੇ 10-15 ਸਕਿੰਟ ਉੱਪਰ ਲਾਏ ਫਿਰ ਅੱਗੇ ਚਲੇ ਗਏ। ਅਤੇ ਇੱਕ ਵਾਰੀ ਪਹਿਲਾਂ ਆਪਾਂ ਸੱਜੇ ਕਰਨਾ, ਫਿਰ ਆਪਾਂ ਖੱਬੇ ਪਾਸੇ ਪੈਨਕ੍ਰੀਅਸ ਆਏ, ਡਜ਼ਨਟ ਮੈਟਰ ਲੈਂਸੇ ਤੁਸੀਂ ਚੰਗਾ ਭਰਾ ਫਿਰ ਰਹੇ, ਤੁਹਾਨੂੰ ਕੋਈ ਗਲਤ ਖਾ ਲਿਆ ਤੁਹਾਨੂੰ ਹੋਊਗੀ ਬਲੋਟਿੰਗ, ਜਿੱਥੇ ਉੱਥੇ ਹੀ ਕਰ ਲਿਆ ਕੋਈ ਚੱਕਰ ਨਹੀਂ, ਜਿੰਨਾ ਢਿੱਡ ਖਾਲੀ ਹੋਏਗਾ ਉਹਨਾਂ ਈਜ਼ੀ ਅੰਦਰ ਜਾਏਗਾ ਤੁਹਾਡਾ ਹੱਥ, ਜਿੰਨਾ ਢਿੱਡ ਗੜਬੜ ਹੋਏਗਾ ਉਹਨਾਂ ਤੁਸੀਂ ਐਨ ਰੌਕ ਵਾਂਗੂ ਫੀਲ ਕਰੋਗੇ, ਤਾਂ ਹੁਣ ਪੈਨਕ੍ਰੀਅਸ ਵਾਲੇ ਪਾਸੇ। ਹਾਂਜੀ ਹਾਂਜੀ ਬਸ ਬਹੁਤ ਸੌਖ ਹੁੰਦਾ, ਬੱਚੇ ਦੀ ਬੋਡੀ ਛੋਟੀ ਹੈ ਸੌਖ ਲਈ, ਹਾਂ ਬਸ ਜੀ, ਅਗਰ ਜਿੱਥੇ ਦਰਦ ਹੋਇਆ ਉੱਥੇ ਆਪਾਂ ਨੇ ਥੋੜ੍ਹਾ ਕਰਨਾ ਫਿਰ ਆਪਾਂ ਅੱਗੇ ਚਲੇ ਜਾਣਾ ਬਸ। ਇਹ ਇੰਨੀ ਸਿੰਪਲ ਜੀ ਹੈ ਜੀ, ਅਗਰ ਤੁਸੀਂ ਅਗਰ ਇੱਕ 30-40 ਸਕਿੰਟ 'ਚ ਤੁਸੀਂ ਪੁਆਇੰਟ ਲੱਭ ਲਿਆ, ਜਿਹੜਾ ਪੁਆਇੰਟ ਲੱਭ ਗਿਆ ਉੱਥੇ ਆਪਾਂ ਕਰੀ ਜਾਣਾ, ਇਹ ਤੁਸੀਂ ਆਪਣੇ ਅੰਗੂਠਿਆਂ ਨਾਲ ਆਪ ਕਰ ਸਕਦੇ ਹੋ, ਠੀਕ ਆਪਣੇ ਹੱਥ ਨਾਲ ਆਪ ਹੀ ਕਰ ਸਕਦੇ ਹੋ, ਬਸ ਕਰਨਾ ਲੇਟ ਕੇ ਕਿਉਂਕਿ ਲੇਟ ਕੇ ਸਾਡੇ ਸਕੋ ਜਾਂਦੀ ਹੈ। ਤਾਂ ਇਹ ਦਿਨ 'ਚ 3 ਵਾਰੀ ਆਮ ਬੰਦੇ ਨੂੰ ਅਸੀਂ ਹਾਂ ਕਰਕੇ ਕਸਮ, ਮੈਂ ਤਾਂ ਹੀ ਕਰਦਾ ਹਾਂ, ਔਖਾ ਲੱਗਦਾ ਜ਼ਿਆਦਾ ਹੈ ਨਾ, ਠੀਕ ਹੈ ਜੀ, ਆ ਜਾਓ ਤੁਸੀਂ। ਜਦ ਕਈ ਵਾਰੀ ਉਹ ਬਜ਼ੁਰਗ ਕਹਿੰਦੇ ਸੀ ਕੌਡੀ ਪੈ ਗਈ, ਉਹ ਵੀ ਇਹੀ ਹੋ ਗਿਆ, ਫਿਰ ਉਹ ਵਿੱਚ ਝੁੱਕੇ ਦਰਦ ਕਿੱਦਾਂ ਚੱਕਦੇ ਸੀ, ਦਰਦ ਨਾ ਆਉਣ ਕਰ ਲਈ ਆਪਾਂ ਥੋੜ੍ਹਾ ਥੋੜ੍ਹਾ ਬਹੁਤ ਜ਼ੋਰ ਪੈਂਦਾ
ਬਹੁਤ ਜ਼ੋਰ ਕੇ ਨਹੀਂ ਕਰ। ਵੈਸੇ ਤਾਂ ਦੇਖੋ ਨਾ ਉੱਥੇ ਤੱਕ ਤਾਂ ਪਹੁੰਚਣਾ ਮੁਸ਼ਕਿਲ ਹੈ, ਮਗਰ ਆਪਾਂ ਸਟਿਮੂਲੇਟ ਕਰਨਾ। ਕਿੰਨੇ ਸਾਲ ਤੋਂ ਇਸ ਤੋਂ? 8 ਸਾਲ ਹੋ ਗਏ। ਘੱਟ ਰਿਹਾ ਕਿਉਂ ਨਹੀਂ ਹੈ? ਹਮੇਸ਼ਾ ਨਹੀਂ ਘੱਟ ਵੱਧਦਾ, ਘੱਟ ਵੱਧਦਾ ਹੈ, ਵਧਣਾ ਜਿਹਦਾ ਘੱਟ ਹੀ ਜਾਏ ਉਹਦੇ ਵੱਧ ਜਾਂਦਾ ਜੀ, ਕਦੇ ਘੱਟ ਜਾਂਦਾ। ਦੇਖੋ ਇਹ ਪੂਰੇ ਹੋਇਆ ਜੀਵਨ ਦਾ, ਤੁਹਾਨੂੰ ਦਰਦ ਨਹੀਂ ਹੁੰਦਾ ਮਾੜਾ ਜਿਹਾ? ਹਾਂਜੀ ਹਾਂ, ਘੱਟ ਜਿਹਾ ਮੰਗੋ ਦਰਦ ਹੁੰਦਾ ਫਿਰ ਉੱਥੇ। ਠੀਕ ਹੈ, ਮਾੜਾ ਜਿਹਾ ਹੌਲੀ ਹੌਲੀ ਸਟਿਮੂਲੇਟ। ਹਾਂਜੀ, ਜਿਵੇਂ ਢਕਾਰ ਫਸ ਗਿਆ, ਬਦਹਜ਼ਮੀ ਹੋ ਗਈ, ਕਬਜ਼ ਹੋ ਗਈ, ਸਿਰ ਨੂੰ ਗੈਸ ਚੜ੍ਹ ਗਈ, ਪੰਜਾਬੀ ਜੀ ਕਹਿੰਦੇ ਲੋਕ, ਕਿਸੇ ਨੂੰ ਗੈਸ ਚੜ੍ਹ ਗਈ, ਪੁੱਠੇ ਪਾਸੇ ਸੱਜੇ ਪਾਸੇ। ਠੀਕ ਹੈ, ਜਿੱਥੇ ਮੈਨੂੰ ਲੱਗੇ ਤੁਸੀਂ ਦੱਸ ਦਿੰਦੇ ਹੋ ਕਿ ਮੈਨੂੰ ਲੱਗਦਾ ਮੇਰੇ ਦਰਦ ਹੈ, ਜਾਂ ਫਿਰ ਮੈਨੂੰ ਲੱਗੇ ਪੂਰੇ ਸੋਲਿਡ ਹੈ, ਉੱਥੇ ਮਾੜਾ ਹੈ। ਜ਼ੋਰ ਨਹੀਂ ਬਹੁਤ ਮਾਰਨਾ, ਜਿੱਥੇ ਜ਼ਿਆਦਾ ਜ਼ੋਰ ਮਾਰਦਾ ਉੱਥੇ ਦਰਦ ਵੈਸੇ ਹੀ ਹੋਣ ਲੱਗ ਜਾਊਗਾ। ਪਹਿਲਾਂ ਸੱਜੇ ਪਾਸੇ, ਖੱਬੇ ਪਾਸੇ, ਪਸੰਦ ਹੈ। ਠੀਕ ਹੈ।